ਆਪਾਂ ਗੱਲ ਕਰਨੀ ਆ ਅਜਮੇਰ ਸਿੰਘ ਦੀ ਹਨਾ ਹਾਂਜੀ ਅਜਮੇਰ ਸਿੰਘ ਰੋਂਦਾ ਦੇਖਿਆ ਮੈਂ ਬਹੁਤ ਕੁਛ ਕਰ ਉਹਨੂੰ ਮਹਾਨ ਸ਼ਹੀਦ ਬਣਾਉਣ ਚ ਸਾਰਾ ਕੁਛ ਕਰਨ ਚ ਇੱਥੇ ਤਿੱਕਰ ਵੀ ਭਾਜੀ ਹੋ ਗਿਆ ਕਿ ਭਿੰਡਰਾਂ ਵਾਲੇ ਦੀ ਅੱਧੀ ਫੋਟੋ ਤੁਸੀਂ ਵੀ ਦੇਖ ਲਈ ਹੋਣੀ ਹਾਂਜੀ ਦੇਖੀ ਤੁਸੀਂ ਦੇਖੀ ਦੇਖੀ ਅੱਧੀ ਯੂਟਿਊਬ ਤੇ ਅੱਧੀ ਦੀਪ ਸਿੱਧੂ ਦੀ ਤੇ ਇੱਕ ਪਾਸੇ ਵਾਲ ਅੱਧਾ ਵਾਲ ਕੱਟਿਆ ਵਾਲਾ ਅੱਧਾ ਅੱਧੀ ਮੁੱਛ ਵਾਲਾ ਤੇ ਅੱਧਾ ਕੂੜਾ ਕੋਈ ਬੋਲਿਆ ਜੇ ਕੋਈ ਹੋਰ ਇੱਦਾਂ ਕਰ ਦਿੰਦਾ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਟਕਸਾਲ ਦੇ ਮੁਖੀ ਬਾਰੇ ਕਿਹਾ ਜਾਂਦਾ ਆ ਵੀ ਉਹ ਜਦੋਂ ਟਕਸਾਲ ਦਾ ਮੁਖੀ ਬਣਦਾ ਤੇ ਪਤਨੀ ਦਾ ਔਰਤ ਦਾ ਤਿਆਗ ਕਰ ਦਿੰਦਾ ਆ ਹਨਾ ਬਿਲਕੁਲ ਤੇ ਸਿੱਧੂ ਬਾਰੇ ਕਿਹਾ ਜਾਂਦਾ ਆ ਵੀ ਆਪਣੀ ਗਰਲਫ੍ਰੈਂਡ ਦੇ ਨਾਲ ਆਇਆ ਸੀ ਤੇ ਉਹ ਤੋਂ ਬਾਅਦ ਕਿਸੇ ਨੇ ਕਿਹਾ ਵੀ ਯਾਰ ਇੱਦਾਂ ਠੀਕ ਨੀ ਪੀ ਉਹ ਤਾਂ ਵਿਆਹਿਆ ਸੀ ਫਿਰ ਕਹਿੰਦੇ ਵਿਆਹਿਆ ਹੀ ਨਹੀਂ ਸੀ ਫਿਰ ਕਹਿੰਦੇ ਡਿਵੋਰਸ ਸੀਗਾ ਹੁਣ ਗੱਲ ਇਹ ਨਿਕਲੀ ਵੀ ਨਹੀਂ ਡਿਵੋਰਸ ਨਹੀਂ ਸੀ ਹੋਇਆ ਉਹਦਾ ਕੁਛ ਵੀ ਨਹੀਂ ਸੀਗਾ ਹੁਣ ਇੱਕ ਪਾਸੇ ਪਤਨੀ ਦਾ ਵੀ ਤਿਆਗ ਆ ਦੂਜੇ ਪਾਸੇ ਵਿਆਹਿਆ ਆ ਪਤਨੀ ਉਹਦੇ ਨਾਲ ਗਰਲਫ੍ਰੈਂਡ ਵੀ ਆ ਤੁਸੀਂ ਰੀਨਾ ਰਾਏ ਨੇ ਜਿਹੜਾ ਬਿਆਨ ਦਿੱਤਾ ਹੁਣ ਤੁਸੀਂ ਉਹ ਸੁਣ ਲਿਆ ਹਾਂਜੀ ਪੜ੍ਹ ਲਿਆ ਦੇਖ ਲਿਆ ਹਾਂਜੀ ਦੇਖ ਲਿਆ ਨਾ ਸਾਰਾ ਕੁਛ ਉਹਨੂੰ ਕਲੀਅਰ ਕਰਤਾ ਉਹੀ ਬਿਆਨ ਜਿਹੜਾ ਸਭ ਤੋਂ ਪਹਿਲਾਂ ਇੱਕ ਯੂਸਫ ਖਾਨ ਦੇ ਨਾਂ ਦੇ ਬੰਦੇ ਨੇ ਦਿੱਤਾ ਮੁੰਡੇ ਨੇ ਜਿਹਨੇ ਉਹ ਤੋਂ ਕਾਲ ਉਹਦੇ ਬ੍ਰਦਰ ਨੂੰ ਸਭ ਤੋਂ ਪਹਿਲੀ ਕਾਲ ਕੀਤੀ ਸਾਰਾ ਕੁਛ ਹੁਣ ਕੀਤਾ ਉਹੀ ਬਿਆਨ ਦਿੱਤਾ ਉਹਨੇ ਏਦਾਂ ਏਦਾਂ ਹੋਈ ਆ ਉਹਨੇ ਮੈਨੂੰ ਬਾਹਰ ਕੱਢਿਆ ਏਦਾਂ ਜਦੋਂ ਮੈਨੂੰ ਪਤਾ ਲੱਗਾ ਅਸਲ ਵਿੱਚ ਨਾ ਇੱਥੇ ਮੇਰਾ ਮਾਸੀ ਦਾ ਮੁੰਡਾ ਰਹਿੰਦਾ ਉਹ ਕਹਿੰਦਾ ਮੈਨੂੰ ਕਈ ਦਿਨ ਦਾ ਕਹਿੰਦਾ ਕਹਿੰਦਾ ਲਿਖ ਕੇ ਲੈ ਲਾ ਉਹ ਪਿੱਛੇ ਨੂੰ ਛੀੜ ਸਿੱਟ ਕੇ ਪਈ ਹੋਣੀ ਆ ਬਚੀ ਤਾਂ ਆ ਉਹ ਸੱਚੀ ਗੱਲ ਉਹੀ ਨਿਕਲੀ ਭਾਜੀ ਅੱਛਾ ਚਲੋ ਹੁਣ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਵੀ ਦੇਖੋ ਇੱਕ ਤੁਸੀਂ ਇਹ ਦੇਖ ਲਓ ਭਾਈ ਉਹ ਬੰਦਾ ਐਕਟਰ ਫਿਰ ਇੱਧਰ ਆਇਆ ਉਹ ਵਿਆਹਿਆ ਵਰਿਆ ਬੰਦਾ ਆ ਉਹਦੇ ਇੱਕ ਧੀ ਆ ਧੀ ਤੇ ਬਾਅਦ ਉਹ ਜਦਕਿ ਪਤਨੀ ਦੇ ਨਾਲ ਬੱਚਿਆਂ ਨਾਲ ਵੈਲੈਂਟਾਈਨ ਡੇ ਮਨਾਉਣਾ ਚਾਹੀਦਾ ਧੀ ਆਪਣੀ ਵਾਈਫ ਨਾਲ ਪਰ ਉਹ ਕਿਸੇ ਹੋਰ ਨਾਲ ਮਨਾ ਰਿਹਾ ਬਾਹਰ ਹੋਰ ਫਿਰ ਉਸ ਟਾਈਮ ਤੇ ਆ ਰਿਹਾ ਰਾਤ ਨੂੰ ਤੇ ਕਿਸੇ ਨੂੰ ਪਤਾ ਨੀ ਕਿਸੇ ਨੂੰ ਦੱਸਿਆ ਨੀ ਉਹ ਕੌਮ ਦਾ ਮਹਾਨ ਸ਼ਹੀਦ ਹੈ ਯੋਧਾ ਕੰਪੇਅਰ ਕਰਨਾ ਆਪਾਂ ਅਜਮੇਰ ਸਿੰਘ ਦਾ ਹੈਨਾ ਦੂਜੇ ਪਾਸੇ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਉਹ ਜਾਇਜ਼ ਠਹਿਰਾ ਰਿਹਾ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਉਹ ਜਾਇਜ਼ ਠਹਿਰਾ ਰਿਹਾ ਅਜਮੇਰ ਸਿੰਘ ਹੀ ਹਜੇ ਚਾਰ ਮਹੀਨੇ ਨੀ ਹੋਏ ਉਹਨੇ ਗੱਲ ਕੀਤੀ ਹੈ ਹਨਾ ਕੌਣ ਚਲਾ ਰਿਹਾ ਸਾਡੀ ਸਟੇਟ ਨੂੰ ਇਹ ਦੇਖੋ ਹੁਣ ਤੁਸੀਂ ਕੰਪੇਅਰ ਕਰੋ ਤੁਸੀਂ ਜਿਹੜਾ ਹਰਮਿੰਦਰ ਸਿੰਘ ਸੰਧੂ ਸੀਗਾ ਉਹ ਸਾਬਤ ਸੂਰਤ ਸੀਗਾ ਪਤਾ ਸਾਰਿਆਂ ਨੂੰ ਪੰਜ ਕਕਾਰਾਂ ਦਾ ਧਾਰਨੀ ਵੀ ਸੀਗਾ ਪੰਜ ਬਾਣੀਆਂ ਦਾ ਨਿਤਨੇਮੀ ਵੀ ਸੀਗਾ ਤੇ ਸਿੱਧੂ ਕੇ ਗੁਣ ਸੀਗੇ ਨਾਲੇ ਜਿਹੜੀ ਦੇਖੋ 84 ਤੱਕ ਤਾਂ ਇਹਨਾਂ ਨੇ ਇੱਕ ਵੀ ਗੱਲ ਨੀ ਨਾ ਸਿੱਧੂ ਦੀ ਕੱਢੀ ਪੇ ਸੰਤਾਂ ਦੇ ਹੁੰਦਿਆਂ ਭਿੰਡਰਾਂ ਵਾਲੇ ਦੇ ਹੁੰਦਿਆਂ ਜੂਨ 84 ਤੱਕ ਸਿੱਧੂ ਦੇ ਵਿੱਚ ਇਹ ਕਮਜ਼ੋਰੀਆਂ ਸੀ ਉਹ ਤਾਂ ਕੋਈ ਵੀ ਨਹੀਂ ਨਿਕਲੀ ਨਾ ਤੂੰ ਮਤਲਬ ਐਡੀ ਤਕੜੀ ਬੈਕਗ੍ਰਾਉਂਡ ਬੰਦੇ ਦੀ ਜਿਹੜਾ 5-6 ਸਾਲ ਜਿੰਨੇ ਵੀ ਸਾਲ ਉਹ ਨਾਲ ਰਿਹਾ ਫੈਡਰੇਸ਼ਨ ਨੂੰ ਡਰਾਈਵ ਉਹ ਕਰਦਾ ਸੀ ਇਹਨਾਂ ਦਾ ਦੁਭਾਸ਼ੀਆ ਸੀ ਸਾਰੇ ਪੋਲੀਟੀਕਲ ਸਟੇਟਮੈਂਟਾਂ ਇਹਨਾਂ ਦੀਆਂ ਉਹ ਦਿੰਦਾ ਰਿਹਾ ਮਤਲਬ ਸਿੱਧੂ ਦਾ ਤਾਂ ਪਿਛੋਕੜ ਕੁਛ ਹੀ ਨਹੀਂ ਨਿਕਲ ਰਿਹਾ ਇੱਦਾਂ ਦਾ ਮੈਂ ਬਸ ਮੈਂ ਇਹ ਕੰਪੇਅਰ ਹੀ ਕਰਨਾ ਇੱਥੇ ਇਹੀ ਲੈ ਕੇ ਜਾਓ ਤੁਸੀਂ ਦੇਖੋ ਉਹ ਬੰਦੇ ਨੇ ਭਾਸ਼ਾਵਾਂ ਦਾ ਜਿਹੜਾ ਉਹਨੂੰ ਗਿਆਨ ਕਿੰਨਾ ਸੀਗਾ ਉਹ ਭਿੰਡਰਾਂ ਵਾਲਾ ਕਹਿ ਲਓ ਵੀ ਭਿੰਡਰਾਂ ਸਿੱਧੂ ਦੇ ਵਿੱਚੋਂ ਭਿੰਡਰਾਂ ਵਾਲਾ ਬੋਲ ਆਪਣੇ ਸੰਧੂ ਦੇ ਵਿੱਚੋਂ ਭਿੰਡਰਾਂ ਵਾਲਾ ਬੋਲਦਾ ਸੀ ਭਿੰਡਰਾਂ ਵਾਲੇ ਵਿੱਚੋਂ ਸੰਧੂ ਬੋਲਦਾ ਫਿਰ ਦੂਜੇ ਨੰਬਰ ਤੇ ਉਹਦੀ ਵਾਈਫ ਜਿਹੜੀ ਆ ਨਾ ਵਾਈਫ ਜਿਹੜੀ ਉਹਦੀ ਪਰਮਜੀਤ ਕੌਰ ਉਹਨੇ ਉੱਥੇ ਸ਼ਹੀਦੀ ਦਿੱਤੀ ਹੈ ਉਹਨੇ ਉੱਥੇ ਉਹਦੀ ਮੌਤ ਹੋਈ ਹੈ ਔਰ ਉਹਦਾ ਚਿਹਰਾ ਦੇਖੋ ਆਨੰਦ ਕਾਰਜ ਉਸ ਉਹਦਾ ਔਰ ਇੱਕ ਪਤਨੀ ਦਾ ਵਫ਼ਾਦਾਰ ਬੰਦਾ ਸੀ ਉਹਦੀ ਆਨੰਦ ਕਾਰਜ ਉੱਥੇ ਭਿੰਡਰਾਂ ਵਾਲੇ ਨੇ ਕਰਾਇਆ ਫਿਰ ਵੀ ਅਜਮੇਰ ਸਿੰਘ ਨੂੰ ਉਹ ਮਤਲਬ ਉਹਦੀ ਸ਼ਹੀਦੀ ਨੂੰ ਜਾਇਜ਼ ਮੌਤ ਨੂੰ ਜਾਇਜ਼ ਠਹਿਰਾ ਰਿਹਾ ਤੇ ਕਤਲ ਜਾਇਜ਼ ਸੀ ਏਜੰਸੀਆਂ ਨਾਲ ਜੋੜ ਰਿਹਾ ਇੱਕ ਉਹਨੂੰ ਤੁਸੀਂ ਇੱਕ ਕੰਪੇਅਰ ਹੁਣ ਆਪ ਕਰ ਲਿਓ ਸਾਰੇ ਇੱਧਰ ਸਿੱਧੂ ਨੂੰ ਦੇਖੀ ਜਾਓ ਉੱਧਰ ਸੰਧੂ ਨੂੰ ਦੇਖੀ ਜਾਓ ਅੱਛਾ ਉਹ ਤੋਂ ਬਾਅਦ ਸੰਧੂ ਸਿੱਧੂ ਨੇ ਉੱਥੇ ਝੰਡਾ ਚੜ੍ਹਾਉਣ ਦਾ ਹੋਇਆ ਇਹਨੂੰ ਅੰਦਰ ਹੋਇਆ
ਤੇ ਉਧਰ ਉਹਨੂੰ ਤਿੰਨ ਮਹੀਨਿਆਂ ਬਾਅਦ ਜਾਂ ਚਾਰ ਮਹੀਨੇ ਬਾਅਦ ਉਹਦੀ ਮੈਨੂੰ ਲੱਗਦਾ ਜਵਾਨ ਹੋਈ ਹੈ ਇੱਧਰ ਸਿੱਧੂ ਦੀ ਉਹ 84 ਤੋਂ ਅੰਦਰ ਹੋਇਆ 6 ਸਾਲ ਅੰਦਰ ਰਿਹਾ ਬੰਦਾ ਅੱਛਾ ਇਹ ਵੀ ਕੰਪੇਅਰ ਕਰ ਲਿਓ ਫਿਰ ਇਹ ਦੱਸੋ ਵੀ ਹਰਮਿੰਦਰ ਸਿੰਘ ਸੰਧੂ ਨੇ ਕਿਸੇ ਭਾਜਪਾ ਦੇ ਨੇਤਾ ਲਈ ਪ੍ਰਚਾਰ ਕੀਤਾ ਕਿਤੇ ਇਹਨੇ ਕੀਤਾ ਕਿ ਨਹੀਂ ਕੀਤਾ ਸਨੀ ਦਿਓਲ ਨੇ ਸਨੀ ਦਿਓਲ ਨੇ ਕੀਤਾ ਇਹ ਵੀ ਕੰਪੇਅਰ ਕਰ ਲਿਓ ਕਿਸੇ ਹਰਮਿੰਦਰ ਸਿੰਘ ਸੰਧੂ ਦੀਆਂ ਕਿਸੇ ਭਾਜਪਾ ਦੇ ਨਾਲ ਜਾਂ ਕਿਸੇ ਕਿਸੇ ਭਾਜਪਾ ਦੇ ਵੱਡੇ ਲੀਡਰ ਨਾਲ ਕੋਈ ਫੋਟੋਆਂ ਹੈਗੀਆਂ ਨਹੀਂ ਬਹਿਣੀ ਉੱਠਣੀ ਸੀਗੀ ਨਹੀਂ ਇਹਦੀ ਸੀਗੀ ਇਹਦੀ ਸੀਗੀ ਇਹਦੀ ਯਾ ਕੰਪੇਅਰ ਕਰ ਲਿਓ ਇਹ ਵੀ ਕੰਪੇਅਰ ਕਰ ਲਵੇ ਸਾਰੇ ਕੌਮ ਕਰ ਲਵੇ ਕੰਪੇਅਰ ਯਾ ਅੱਛਾ ਉਹ ਤੋਂ ਬਾਅਦ ਆ ਗਿਆ ਜਦੋਂ ਬਾਹਰ ਆਇਆ ਉਹ ਬਾਹਰ ਜਦੋਂ ਆਇਆ ਆਉਣ ਤੋਂ ਬਾਅਦ ਚਲੋ ਉਹਦਾ ਇਕੱਠ ਹੋਇਆ ਇਕੱਠ ਹੋ ਕੇ ਜਿਹੜੇ ਉਹਦੇ ਜਿਹੜੇ ਜਿਹੜੇ ਜਿਹੜਾ ਇੰਨਾ ਵਫਾਦਾਰ ਹੋਊਗਾ ਆਪਣੀ ਪਤਨੀ ਦਾ ਬੰਦਾ ਉਹਦੇ ਸਹੁਰਿਆਂ ਨੇ ਉਹਦੇ ਤੇ ਵਿਸ਼ਵਾਸ ਅਤਲਾ ਕਰਕੇ ਦੂਜੀ ਧੀ ਫਿਰ ਉਹਦੇ ਲੜ ਲਾਈ ਇਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਇੱਧਰ ਕਿ ਇਹਦੇ ਸਹੁਰੇ ਜੇ ਇੱਦਾਂ ਦੀ ਖੋ ਜਾਂਦੇ ਜੀ ਜਿੱਦਾਂ ਦੇ ਕਰਦਾ ਕੰਮ ਆਪਣੀ ਦੂਜੀ ਕੋਈ ਭੈਣ ਉਹਦੇ ਲੜ ਲਾ ਸਕਦਾ ਸਿੱਧੂ ਦੇ ਸੋਚ ਕੇ ਦੇਖਿਓ ਮਾੜਾ ਜਿਹਾ ਸੋਚ ਕੇ ਦੇਖਿਓ ਅਜਮੇਰ ਕਿੱਦਾਂ ਤੁਹਾਡੇ ਸਿਰ ਤੇ ਜਿਨ੍ਹਾਂ ਨੂੰ ਜਿਹੜੇ ਅਸਲੀ ਸੀਗੇ ਉਹ ਮਰਵਾ ਦਿੱਤੇ ਗਏ ਉਹਨਾਂ ਤੇ ਹੱਸ ਰਿਹਾ ਆ ਉਹਨਾਂ ਦੀ ਮੌਤ ਨੂੰ ਜਾਇਜ਼ ਨਜ਼ਰ ਆ ਰਿਹਾ ਉਹਦੀ ਕਿਸੇ ਗੁਰਦੁਆਰੇ ਚ ਫੋਟੋ ਤੱਕ ਨੀ ਅਗਲੇ ਦਾ ਪਰਿਵਾਰ ਦੋ ਸਹੁਰਿਆਂ ਦਾ ਵੀ ਉੱਜੜ ਗਿਆ ਇਸ ਸੰਘਰਸ਼ ਦੇ ਵਿੱਚ ਖੁਦ ਵੀ ਉੱਜੜ ਗਿਆ ਉਹਨੂੰ ਤਾਂ ਕਹਿੰਦਾ ਗਦਾਰ ਅੱਛਾ ਜਿੱਦਣ ਉਹ ਬੰਦੇ ਦੇ ਗੋਲੀ ਵੱਜਦੀ ਆ ਜਿੱਦਣ ਬੰਦੇ ਨੂੰ ਕਤਲ ਹੁੰਦਾ ਉਹਦਾ ਉਦਣ ਤੜਕੇ ਉੱਠ ਕੇ ਕਸ਼ਹਿਰਾ ਉਹਦੇ ਮੋਢੇ ਤੇ ਪਤੌਲੀਆ ਸੀਗਾ ਨਹਾ ਕੇ ਨਿਤਨੇਮ ਕਰਨ ਉੱਠਿਆ ਸੀ ਬੰਦਾ ਉਹ ਇੱਧਰ ਵੈਲੰਟਾਈਨ ਡੇ ਮਨਾ ਹੋ ਰਹੇ ਸੀ ਰਾਤ ਨੂੰ ਸ਼ਹੀਦ ਕੌਣ ਹੈ ਕੌਮ ਦਾ ਉਹ ਗਦਾਰ ਕਿੱਦਾਂ ਕਿਹਨੂੰ ਕਹਾਂਗੇ ਇਹਨਾਂ ਚ ਗਦਾਰ ਤੇ ਕਿਹਨੂੰ ਕਹਾਂਗੇ ਸ਼ਹੀਦ ਨਾਨਾ ਅਜਮੇਰ ਸਿੰਘ ਨੇ ਤਾਂ ਸਾਰਾ ਨਾ ਬੇਸ਼ਰਮੀ ਦੀਆਂ ਹੱਦਾਂ ਹੀ ਟੱਪ ਦਿੱਤੀਆਂ ਇਹਨੂੰ ਪਿੱਛੇ ਕੋੜੀਆ ਤੂੰ ਬਿੱਟੂ ਦੀ ਇੰਨੇ ਚਿਰ ਦਾ ਤੂੰ ਵਕਾਲਤ ਕਰਦਾ ਦਲਜੀਤ ਬਿੱਟੂ ਦੀ ਤੇ ਆ ਸਿੱਧੂ ਦੀ ਜਗ੍ਹਾ ਤੇ ਬਿੱਟੂ ਨੂੰ ਕਿਉਂ ਨੀ ਖੜਾ ਕਰਦੇ ਤੁਸੀਂ ਇੱਕ ਨੰਬਰ ਦੂਜੇ ਤੇ ਭਾਜੀ ਮੈਨੂੰ ਯਾਦ ਆ ਗਿਆ ਗੱਲ ਤੁਹਾਡੀ ਜੇ ਤੇ ਸਿੱਧੂ ਤਾਂ ਸਰਕਾਰ ਲਈ ਬਹੁਤ ਵੱਡਾ ਖਤਰਾ ਬਣ ਗਿਆ ਉਹਨੂੰ ਤੇ ਖਤਮ ਕਰਾਉਣਾ ਪੈ ਗਿਆ ਬਿੱਟੂ ਇੰਨੀਆਂ ਕਤਲਾਂ ਦਾ ਜ਼ਿੰਮੇਵਾਰ ਉਹਨੂੰ ਛੱਡ ਦਿੱਤਾ ਬਾਹਰ ਬਿੱਟੂ ਉਦਾਂ ਹੀ ਤੁਰਿਆ ਫਿਰਦਾ ਮਾਨ ਨੂੰ ਕੁਛ ਨੀ ਕਿਹਾ ਉਹਨੇ ਜਾਣੀ ਜਿਹੜਾ ਸ਼ਰੇਆਮ ਖਾਲਿਸਤਾਨ ਕਹੀ ਜਾਂਦਾ ਹਾਂ ਤੇ ਸਿੱਧੂ ਖਤਰਾ ਬਣ ਗਿਆ ਉਹਨਾਂ ਲਈ ਸਿੱਧੂ ਖਤਰਾ ਬਣ ਗਿਆ ਮਤਲਬ ਨਹੀਂ ਜੇ ਕੋਈ ਮੋਹਰੇ ਉਹ ਕਹਿ ਦੇਵੇ ਵੀ ਸਿੱਧੂ ਖਤਰਾ ਨਹੀਂ ਸੀ ਬਣਿਆ ਭਾਈ ਸਿੱਧੂ ਦੇ ਨਾਲ ਮੀਟਿੰਗਾਂ ਕਰ ਕਰਕੇ ਜਿਹੜੀਆਂ ਗੱਲਾਂ ਉਹਨੂੰ ਸਿਖਾ ਕੇ ਭੇਜਿਆ ਸੀ ਉਹਨਾਂ ਨੂੰ ਖਤਰਾ ਇਹ ਸੀ ਇਹ ਕਿਤੇ ਬਾਹਰ ਨਾ ਨਿਕਲ ਜਾਣ ਇਹ ਫੇਰ ਤੁਹਾਡੇ ਕੋਲ ਕੀ ਜਵਾਬ ਹੋਊਗਾ ਮਤਲਬ ਜਿਹੜੀ ਹੁਣ ਜੇ ਗੱਲ ਜਿਹੜਾ ਮਹਿਰੋ ਕਹਿੰਦਾ ਜੋ ਦਿੱਲੀ ਦੇ ਵਿੱਚ ਲਿਖਿਆ ਭਾਈ ਬਦਲਾ ਲਵਾਂਗੇ ਉਹ ਕਹਿੰਦਾ ਲਿਖਾਇਆ ਮੇਰੇ ਤੋਂ ਸਿੱਧੂ ਨੇ ਫਿਰ ਕੀ ਸਾਬਤ ਹੁੰਦਾ ਇੱਥੋਂ ਤੁਹਾਨੂੰ ਪਤਾ ਨੀ ਲੱਗਦਾ ਵੀ ਕੀ ਕਿੱਧਰ ਨੂੰ ਕੌਮ ਨੂੰ ਜਾਂ ਸਾਡੀ ਜਵਾਨੀ ਨੂੰ ਉਹ ਕਿਸ ਰਾਹ ਤੇ ਤੋੜਨਾ ਚਾਹੁੰਦੇ ਔਰ ਅਕਲ ਤੋਂ ਵਾਂਝਿਆ ਰੱਖਣਾ ਚਾਹੁੰਦੇ ਆ ਨਾਲੇ 1990 ਚ ਨਾ ਜਿਹੜਾ ਬੰਦਾ ਏਜੰਸੀਆਂ ਦਾ ਸੀ ਸਰਕਾਰ ਦਾ ਸੀ ਹਰਮਿੰਦਰ ਸਿੰਘ ਸੰਧੂ ਉਹ ਦਿੱਤਾ ਬਿੱਟੂ ਹੁਣਾਂ ਨੇ ਮਾਰ ਹਾਂਜੀ ਤੇ ਅਜਮੇਰ ਸਿੰਘ ਹੁਣੀ ਮਰਵਾਉਣ ਵਾਲੇ ਆ ਉਹਨੂੰ ਅਜਮੇਰ ਸਿੰਘ ਹੁਣੀ ਹੈਗੇ ਮਰਾਉਣੇ ਵਾਲੇ ਤੇ 1990 ਤੋਂ ਲੈ ਕੇ ਹੁਣ ਤੱਕ ਇੰਡੀਆ ਦੀਆਂ ਏਜੰਸੀਆਂ ਤੋਂ ਨਾ ਉਹਨਾਂ ਨੂੰ ਨਾ ਅਜਮੇਰ ਸਿੰਘ ਦਾ ਪਤਾ ਲੱਗਾ ਨਾ ਦਲਜੀਤ ਬਿੱਟੂ ਦਾ ਪਤਾ ਲੱਗਾ ਹਾਂ ਜਿਹੜਾ ਅਜਮੇਰ ਸਿੰਘ ਪੈਦਾ ਕਰਨ ਦਾ ਉਹਨੂੰ ਮਾਰਦੇ ਆ ਤੇ ਜਾਣੀ ਏਜੰਸੀਆਂ ਨੂੰ ਇਹ ਪਤਾ ਹੀ ਨੀ ਲੱਗਾ ਵੀ ਸਾਡਾ ਬੰਦਾ ਜਿਹੜਾ ਅਸੀਂ 6 ਸਾਲ ਤਿਆਰ ਕਰਕੇ ਭੇਜਿਆ ਪੰਜਾਬ ਚ ਉਹਨੂੰ ਮਰਾਉਣੇ ਵਾਲੇ ਕੌਣ ਆ ਉਹਨਾਂ ਨੂੰ ਨੀ ਪਤਾ ਲੱਗਾ ਇੰਟਰਵਿਊ ਵੀ ਦੇਤੀਆਂ ਇਹਨਾਂ ਨੇ ਦੇਖ ਲਓ ਨਹੀਂ ਬਈ ਕਹਿੰਦੇ ਵੀ ਜਿਹੜਾ ਤਾਂ ਮਤਲਬ ਸਿੱਧੂ ਨੂੰ ਅਜਮੇਰ ਸਿੰਘ ਤਿਆਰ ਕਰਨ ਵਾਲਾ ਤਿਆਰ ਕਰ ਕਰਕੇ ਸਿੱਧੂ ਬਣਾਉਣ ਵਾਲਾ ਤਾਂ ਛੱਡ ਤਿਆਰ ਕਰਨ ਵਾਲਾ ਤਾਂ ਛੱਡੀ ਜਾ ਰਹੇ ਆ ਤਿਆਰ ਕੀਤਾ ਵਾ ਕਹਿੰਦੇ ਅਸੀਂ ਮਾਰਨਾ ਉਹਨੂੰ ਨਹੀਂ ਮੈਂ ਸੰਧੂ ਦੀ ਵੀ ਮੈਂ ਗੱਲ ਕਰਦਾ ਹਾਂ ਵੀ ਜਾਣੀ ਏਜੰਸੀਆਂ ਦਾ ਐਡਾ ਵੱਡਾ ਬੰਦਾ ਸੀ ਸੰਧੂ ਹਾਂਜੀ ਸ਼ਰੇਆਮ ਵੀ ਨੀ ਮਾਰਿਆ ਤੇ ਏਜੰਸੀਆਂ ਨੇ ਕੁਛ ਵੀ ਨੀ ਕਿਹਾ ਇਹਨਾਂ ਨੂੰ ਇਹ ਵਿਹਲੇ ਫਿਰੀ ਜਾਂਦੇ ਆ ਫਿਰ ਵੀ 10 ਸਾਲ ਬਾਅਦ ਚੜਤੇ ਬਾਹਰ ਵੀ ਚੜਤੇ ਇਹ ਜ਼ਿੰਮੇਵਾਰੀਆਂ ਵੀ ਮਾਫ਼ ਕਰਤੀਆਂ ਇਹਨਾਂ ਦੀਆਂ ਇਹਨਾਂ ਨੂੰ ਛੱਡਤਾ ਬੰਦਾ ਉਹਨਾਂ ਦਾ ਮਾਰਤਾ ਮਤਲਬ
ਹੁਣ ਜਾਣੀ ਅਜਮੇਰ ਸਿੰਘ ਨੇ ਇੱਕ ਬੰਦਾ ਤਿਆਰ ਕੀਤਾ ਏਜੰਸੀਆਂ ਦੇ ਖਿਲਾਫ, ਉਹ ਨੀ ਝੱਟ ਚੱਕ ਲਿਆ ਲੱਟਣ ਕਰਕੇ ਚਾਰ ਸਟੇਟਮੈਂਟਾਂ ਦੇਣ ਨਾਲ ਉਹ ਬੰਦੇ ਦਾ ਕੀ ਏਜੰਸੀਆਂ ਦਾ ਕੀ ਵਿਗੜ ਜਾਣਾ ਸੀ ਉਹਦੇ ਨਾਲ? ਉਹ ਖਤਰਾ ਹੋ ਜਾਂਦਾ ਤੁਹਾਡੇ ਤੋਂ, ਕੋਈ ਤੁਸੀਂ ਤਿਆਰ ਕਰ ਭੇਜੀ ਜਾਓ, ਤੁਹਾਡੇ ਤੋਂ ਕੋਈ ਖਤਰਾ ਨੀ, ਤੁਹਾਨੂੰ ਰੋਕ ਨੀ ਰਹੇ।